ਕੋਲ ਮਿਲਦਾ ਯਾਰ ਕੱਲ ਪਤਾ ਸੀ ਵੀ ਇਹ ਪੇਪਰ ਚ ਆਣੀ ਹੈ ਇਹ ਦੱਸਿਆ ਕਿ ਨਾ ਤੈਨੂੰ ਪੇਪਰ ਚ ਆਉਣੀ ਹੈ ਯਾਰ ਇਹ ਇੰਪੋਰਟੈਂਟ ਸੀ ਇੱਕ ਚੈਪਟਰ ਦੇ ਹੁੰਦਾ ਫਿਰ ਕਿਹੜਾ ਤੂੰ ਕਰ ਲੈਂਦਾ ਨਹੀਂ ਦੱਸਿਆ ਕਿ ਨਾ ਮੈਨੂੰ ਇਹ ਕਹਿੰਦਾ ਵੀ ਕਾਲਜ ਮੇਰੇ ਧਰਨਾ ਲਾਵਾ ਇਹ ਨਹੀਂ ਨਹੀਂ ਕਾਲਜ ਮੁਰੇ ਕੋਈ ਧਰਨਾ ਮੈਡਮ ਨੂੰ ਕਹਿੰਦਾ ਕਹਿੰਦਾ ਮੈਡਮ ਮੈਂ ਢੀਲਾ ਕਾਰ ਹੈ ਇਹਨੂੰ 27 ਤਰੀਕ ਨੂੰ 27 ਜਨਵਰੀ ਦਿਨ ਸ਼ੁੱਕਰਵਾਰ ਨੂੰ SDM ਦਫ਼ਤਰ ਆਪਾਂ ਨੇ ਬਸੇ ਸੱਟ ਲਈ ਤਾਂ ਫਿਰ ਮੈਂ ਬਣਾ ਦੀ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ ਚ ਮੀ ਤੁਸੀਂ ਸਾਰੇ ਘੈਂਟ ਹੋਵੋਗੇ ਅੱਜ ਦਾ ਬਲੌਗ ਬੜੇ ਦੁਖੀ ਹਿਰਦੇ ਨਾਲ ਬਣਾਉਣਾ ਪੈ ਰਿਹਾ ਹੈ ਕਿਉਂਕਿ ਮੇਰਾ ਤਾਂ ਚਲੋ ਤੁਹਾਨੂੰ ਪਤਾ ਹੀ ਐਵੇਂ ਮੈਂ ਪੜ੍ਹ ਲੈਣਾ ਹੈ ਨਾ ਤੇ ਪੜ੍ਹਨ ਚ ਥੋੜੇ ਜਿਹਾ ਆਪਾਂ ਤੇਜ਼ ਆ ਤੇ ਆ ਬੰਦੇ ਹੀ ਬੈਠੇ ਨੇ ਹੱਥ ਖੜੇ ਨੇ ਬਾਈ ਓਏ ਫੇਲ ਆ ਗਏ ਹੱਥ ਬੰਨਤਾ ਆ ਕੱਲ ਤੋਂ ਅੱਜ ਕਾਲਜ ਨਹੀਂ ਆਉਂਦੇ ਮੁੜ ਕੇ ਅਸੀਂ ਨਹੀਂ ਆਉਂਦੇ ਇਹਨਾਂ ਨੇ ਬਾੜਨਾ ਹੀ ਨਹੀਂ आप लाए थले उतर गए मेरा पेपर मैं सीटा ना दस भर किन्या मैं मैं दस दिन मैं जिन्ना आंदा मैं दिखा दिंदा मैं यार देखो ए छोटा जा पेपर है जे आप ए भी नहीं पढ़ सकते ना दो करे एक मैं अद्धा करिया पैकेजिंग कत्ती बत्ती नहीं होऊंगा मैं भी पास बोल मिल बोल मिल यार कल पता सी वी पेपर च आनी है यार इंपोर्टेंट सी इक चैप्टर होंदा फिर केड़ा तू कर लैंदा देखो अज माहौल गर्मा गर्म है क्योंकि देखो विकी नंबर सेव कर मेनू चक्के मार ग्रुप च आए सारा कुछ तू ग्रुप च है ग्रुप च नहीं पता लगता ग्रुप आ भाई जी किसान मजदूर यूनियन दे प्रधान ने वीर कितो माड़ा ब्लाक खन्ना सारा थोड़ा होर दसो सी सारे मैं गुरमनजोत भारतीय किसान यूनियन कादियां ब्लाक प्रधान खन्ना ते अज साडा भाई पेपर होया ते आ साडे बंगड़ साहब बहुत बुरा होया परम ते आ दूजे वीर आ पिछे यादी यादी एंड बला सारा वाले ते बाकी हुण थानू गल्लां बातां भाई परम दसूगा परम परम दा यार क्या दसू हुण परम दा परम पेपर बहुत वधिया होया जी दा खुश होया पेपर दा मैं साढ़े बारह पौने एक बजे घरे पहुंच गया घरे जाके रोटी खा के आप पढ़न बह गए माहौल गर्मो गर्म रहा थोड़ा जा अज लोग एक मिनट मैं दिखाना परचियां लक चल थोड़े बेचारी होनी चली बड़ा दो ला दूं पेपर परची नी परचे आ भी आया पेपर च आ भी आया इधर भी है पैकिंग पैकिंग आया ओए होए होए सारा कुछ आया सी पेपर अभी आया सी का दो नहीं नहीं आया दो से जी नहीं आया जी फार्म कॉपी आया सी ओदा मैं कराया ओ तेरे भाई नु तो मतलब देखो बड़ा अफसोस हो रहा है बाईयां वास्ते एक तो बाई जी आए मेरे ख्याल से दो महीने बाद ने कॉलेज मैडम ने आन संदारी बस उरे ने बाहर छड़ दे बाहर छड़ना मैडम ने इन्हां नु आन संदारी इक गल कीती वी क्लास लानी है कि नहीं लानी ये दसो तो फिर अगो थोड़ा की रिएक्शन सी सर मैडम मैं तंग है मैं अज भी तंग है
ਬਣਗੇ ਫਿਰ ਕੁਛ ਤਾਂ ਕਰਨਾ ਪੜੇਗਾ ਕਹਿੰਦਾ ਮੈਂ ਮਾਗੇ ਸੇ ਰੈਗੂਲਰ ਆਉਂਗਾ ਵਾ ਤੰਗ ਦਾ ਮਤਲਬ ਹੁੰਦਾ ਵੀ ਸਰੀਰ ਸਿਕਨੈਸ ਐਨੀ ਕਾਈਂਡ ਆਫ ਸਿਕਨੈਸ ਪੰਜਾਬੀ ਵਰਤੋਂ ਤੰਗ ਦਾ ਮਤਲਬ ਹੁੰਦਾ ਕਿਸੇ ਵੀ ਪ੍ਰਕਾਰ ਦੀ ਸਿਹਤ ਖਰਾਬ ਹੋਣੀ ਦੁਖੀ ਦੀ ਦੁਖੀ ਦੀ ਪੰਜਾਬੀ ਤੰਗ ਕਹਿ ਦਿੰਦੇ ਇਸ ਕਰਕੇ ਮੇਰੀ ਅਪੀਲ ਵੀ ਹੈ ਸਾਰੇ ਭਰਾਵਾਂ ਨੂੰ ਵੀ ਪੰਜਾਬੀ ਬੋਲਿਆ ਕਰੋ ਪੰਜਾਬੀ ਹੋਣ ਤੇ ਮਾਣ ਕਰਿਆ ਕਰੋ ਤੇ ਅੰਗਰੇਜ਼ੀ ਘੱਟ ਵਰਤੋਂ ਕਰਿਆ ਕਰੋ ਸਿੱਖਣੀ ਹੈ ਸਿੱਖੋ ਨਹੀਂ ਕੋਈ ਜ਼ਰੂਰਤ ਵੀ ਨਹੀਂ ਹੈਗੀ ਆਈਲੈਂਡਸ ਪੰਜਾਬੀ ਕਰਾਓ ਆਈਲੈਂਡਸ ਪੰਜਾਬੀ ਆਈਲੈਂਡਸ ਪੰਜਾਬੀ ਤੇ ਉਹ ਦੱਸੋ ਜਿਹੜਾ ਤੁਸੀਂ SDM ਦਫ਼ਤਰ ਵਾਲਾ ਵੇਰਵਾ ਪਾ ਰਹੇ ਸੀ ਸਵੇਰੇ ਉਹ SDM ਦਫ਼ਤਰ ਵਾਲਾ ਆਪਣਾ 27 ਤਰੀਕ ਨੂੰ ਜਿਹੜੇ ਪਸ਼ੂ ਕੋਈ ਵੀ ਆਪਣੇ ਤੁਹਾਡੇ ਇਲਾਕੇ ਨਿਵਾਸੀਆਂ ਚ ਕਿਤੇ ਪਿੰਡ ਚ ਗਲੀ ਚ ਮਹੱਲੇ ਚ ਕੋਈ ਵੀ ਅਵਾਰਾ ਪਸ਼ੂ ਤੁਹਾਨੂੰ ਦਿਖਦਾ ਤੁਸੀਂ 27 ਤਰੀਕ ਨੂੰ ਸਾਡੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕਿਸੇ ਵੀ ਮੈਂਬਰ ਨਾਲ ਕਿਸੇ ਅਹੁਦੇਦਾਰ ਨਾਲ ਗੱਲ ਕਰਕੇ 27 ਤਰੀਕ ਨੂੰ ਪਰਸੋਂ ਨੂੰ 27 ਤਰੀਕ ਦਿਨ ਸ਼ੁੱਕਰਵਾਰ ਨੂੰ 27 ਜਨਵਰੀ ਨੂੰ ਤੁਸੀਂ SDM ਦਫ਼ਤਰ ਪਹੁੰਚ ਸਕਦੇ ਹੋ ਸਾਡੀ ਯੂਨੀਅਨ ਨਾਲ ਉੱਥੇ ਜਾ ਕੇ ਅਵਾਰਾ ਪਸ਼ੂ SDM ਦਫ਼ਤਰ ਛੱਡੇ ਜਾਣਗੇ ਤੇ ਸਾਰੀ ਸਾਡੀ ਸਮੁੱਚੀ ਜਥੇਬੰਦੀ ਦਾ ਫੈਸਲਾ 27 ਤਰੀਕ ਨੂੰ SDM ਦਫ਼ਤਰ ਵਾਰਾ ਪਸ਼ੂ ਛੱਡੇ ਜਾਣਗੇ ਜਿਹੜਾ ਸਰਕਾਰ ਆਪਾਂ ਤੋਂ ਇੰਨਾ ਟੈਕਸ ਇਕੱਠਾ ਕਰਦੀ ਹੈ ਗਾਓ ਸੈਸ ਦੇ ਮਸਲੇ 'ਚ ਬਹੁਤ ਜ਼ਿਆਦਾ ਟੈਕਸ ਪਰ ਪਸ਼ੂ ਜਿਹੜੇ ਵਾਰਾ ਪਸ਼ੂ ਨੇ ਉਹ ਬਹੁਤ ਜ਼ਿਆਦਾ ਨੁਕਸਾਨ ਪਿੰਡਾਂ ਦਾ ਕਰਦੇ ਨੇ ਫਸਲਾਂ ਦਾ ਨੁਕਸਾਨ ਹੁਣ ਕਣਕਾਂ ਡੰਡੀ ਚੜ ਗਈਆਂ ਜਿਹੜੇ ਇੱਕ ਵਾਰ ਵੀ ਕਣਕਾਂ ਉਹਨਾਂ ਨੇ ਪਸ਼ੂਆਂ ਨੇ ਖਾ ਲਈਆਂ ਉਹਨਾਂ ਦਾ ਕੁਛ ਨਹੀਂ ਬਚਣਾ ਤੇ ਚਲੋ ਫਸਲਾਂ ਦੀ ਇੱਕ ਅਲੱਗ ਗੱਲ ਰਹਿ ਗਈ ਜਿਹੜਾ ਜਾਨੀ ਨੁਕਸਾਨ ਹੈ ਉਹ ਤਾਂ ਬਹੁਤ ਜ਼ਿਆਦਾ ਕਿਸੇ ਦੇ ਮੂਹਰੇ ਆ ਜਾਂਦਾ ਪਸ਼ੂ ਐਕਸੀਡੈਂਟ ਹੋ ਜਾਂਦਾ ਕਿਸੇ ਕਾਰ ਗੱਡੀ ਮੋਟਰਸਾਈਕਲ ਮੂਹਰੇ ਉਹ ਵੀ ਅਲੱਗ ਚੀਜ਼ ਹੈ ਉਹਦੇ ਨਾਲ ਵੀ ਨੁਕਸਾਨ ਹੁੰਦਾ ਅਤੇ ਕਈ ਵਾਰ ਇਹ ਪਸ਼ੂ ਮੰਨ ਲਓ ਵੀ ਆਪਣੀ ਮਸਤੀ ਜਾ ਕੇ ਬੰਦਿਆਂ ਨੂੰ ਸਿੱਧਾ ਹੀ ਮਾਰਦੇ ਨੇ ਉਹਦੇ ਕਰਕੇ ਵੀ ਬਹੁਤ ਨੁਕਸਾਨ ਹੈ ਜਾਣੀ ਇਹਦਾ ਪਿੰਡਾਂ ਨੂੰ ਨੁਕਸਾਨ ਜ਼ਿਆਦਾ ਹੈ ਗਊਸ਼ਾਲਾ ਵਾਲੇ ਕੀ ਕਰਦੇ ਨੇ ਪਰਚੀ ਲੈ ਲੈਂਦੇ ਨੇ 1000 ਰੁਪਇਆ ਲੈ ਲਿਆ 2 ਲੈ ਲਿਆ ਫੜ ਲਿਆ ਕੁਛ ਦਿਨ ਵਾਸਤੇ ਫਿਰ ਛੱਡ ਤਾ ਅਤੇ ਇਹਦੇ ਕਰਕੇ ਹੁਣ ਆਪਾਂ ਨੇ ਸਰਕਾਰ ਨੂੰ ਜਗਾਉਣ ਵਾਸਤੇ ਜਿਹੜੀ ਸੁੱਤੀ ਸਰਕਾਰ ਹੈ ਇਹਨੂੰ 27 ਤਰੀਕ ਨੂੰ 27 ਜਨਵਰੀ ਦਿਨ ਸ਼ੁੱਕਰਵਾਰ ਨੂੰ SDM ਦਫ਼ਤਰ ਆਪਾਂ ਨੇ ਪਸ਼ੂ ਛੱਡ ਲਏ ਪੇਪਰ ਚ ਬੈਠਿਆ ਕਹਿ ਰਿਹਾ ਕੱਲ ਨੂੰ ਬਸੰਤ ਪੰਚਮੀ ਪਤੰਗ ਉਡਾਵਾਂਗੇ ਹੁਣ ਤੇ ਕਿਤੇ ਉਡਾਉਂਦੇ ਤੂੰ ਆਹ ਦੇਖੀ ਅੱਜ ਦਾ ਬਲੌਗ ਇੰਨਾ ਹੀ ਹੈ ਨਾ ਹੋਰ ਕੋਈ ਗੱਲਬਾਤ ਸਾਂਝੀ ਕਰਨੀ ਹੈ ਬਸ ਡਨ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬਟਨ ਸਤਿ ਸ਼੍ਰੀ ਅਕਾਲ ਜੀ ਓਕੇ ਜੀ